ओ बजिया कनेडा ये तो मेरा मोटा ओ बजिया आप कितों आए जी आप मेरा मतलब है तुसी कितों आए हो जी मैं तो घर ही आया पर तू पंजाब तो आया लगता हाँ हाँ भाई आया था मैं पंजाब तो ही हाँ पर थोनू कैं पता लग गया तेरे हाथ च पाए कड़े तो बाहरले मुल्क च वाहिगुरु की यही पछाण आ पंजाबियों नू ठीक है भाजी फिर तो नाले आप घर दी बंदे निकले है जी काम दस की आ मैं मेरा चाचा लैन आया जी फोन करना सी मेरे को फोन है नहीं फोन बढ़ा दो नंबर नंबर पीबी 6541 जी हाँ फोन का नंबर पूछे डायरेक्टर का नहीं टेलीफोन अच्छा अच्छा पर्ची तो लिखा सी इतने सी किधर गया आ निकले आया जी हेलो आप प्रॉब्लम ला दो जी सारे पिंड दे नंबर चक्की ओ ओ बस पे सारे इधर ही रहंदे ने जी बस आ ले चाचा सत श्री अकाल ओ चक तलन दे फोन पहला ओ अच्छा जी चक लिया जी चाचा जी सत श्री अकाल आ गया आ गया आ गया आ गया आ गया आ गया एयरपोर्ट ते आ गया जी हां जी किसे दा लेके कर रहे हैं किसे दा नंबर है हां जी हां ਭੂਆ ਜੁਣੀ ਸੈੱਟ ਨੇ ਜਮਾ ਸੈੱਟ ਨੇ ਹਾਂ ਪਿੱਛੇ ਜੇ ਕੱਟਾ ਮਾਰ ਗਿਆ ਸੀਗਾ ਹਾਂ ਨਹੀਂ ਚਾ ਚਾਚੀ ਨੇ ਛਪਾਕੀ ਨਿਕਲੇ ਛਪਾਕੇ ਜੇ ਨਾ ਤੂੰ ਕੰਮ ਬਾਈ ਜੀ ਹੋਇਆ ਮੇਰੇ ਚਾਚੇ ਦਾ ਇੰਨਾ ਕਾਰੋਬਾਰ ਚੱਲਦਾ ਹੈ ਇੰਨੀ ਚੜਾਈ ਹੈ ਨਾ ਮੇਰੇ ਚਾਚੇ ਦੀ ਇੰਨੀ ਚੜਾਈ ਹੈ ਬਸ ਪੁੱਛੋ ਨਾ ਇੰਨੀ ਜ਼ਿਆਦਾ ਚੜਾਈ ਹੈ ਜਾਣੀ ਦੀ ਬੜੀ ਚੜਾਈ ਇੰਨੀ ਕੀ ਚੜਾਈ ਆ ਨੈਣਾ ਦੇਵੀ ਦੇ ਕੋਲੇ ਪਲਾਟ ਲਿਆ ਜੀ ਚਾਚੇ ਨੇ ਹੁਣੀ ਇੰਡੀਆ ਦੇ ਵਿੱਚ ਨਾ ਬੜੀ ਚੜਾਈ ਹੈ ਜੀ ਪੁੱਛੋ ਨਾ ਜਾਣੀ ਦੀ ਜਿਹੜੇ ਬਸ ਜਾਂਦੇ ਪਟਾਕੇ ਹੀ ਪੈਂਦੇ ਨੇ ਜੀ ਬਸ ਪਟਾਕੇ ਹੀ ਪੈਂਦੇ ਨੇ ਪਟਾਕੇ ਪੈਣ ਤੇਰੇ ਚਾਚੇ ਦੇ ਇਦਾਂ ਚੜਾਈ ਰਹੇ ਠੀਕ ਹੈ ਜੀ ਪਰ ਮੈਂ ਜਾਵਾਂ ਕਿੱਧਰ ਨੂੰ ਬਾਹਰ ਜਾਣਾ ਜੀ ਸਿੱਧਾ ਇੱਧਰ ਸਤਿ ਸ੍ਰੀ ਅਕਾਲ ਬਾਈ ਜੀ ਹਾਏ 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 ਭਤੀਜ ਹਾਏ 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 ਚਾਚਾ ਵੈਲਕਮ 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 ਚਾਚਾ ਮੇਰੀ ਬੰਨਾ ਚਾਚਾ ਇੱਕ ਮਿੰਟ ਇੱਕ ਮਿੰਟ ਹਟ ਜਾ ਇੱਕ ਮਿੰਟ ਚਾਚਾ ਆ ਲੈ ਹਾਏ 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 ਚਾਚਾ ਸਪੈਸ਼ਲ ਲੈ ਕੇ ਆਇਆ ਪੰਜਾਬ ਤੋਂ ਇੱਕ ਮਿੰਟ ਚਾਚਾ ਬਦਲਾ ਵੀ ਲੈ ਲੈ ਚਾਚਾ ਬਦਲਾ ਲੈ ਲੈ ਬਦਲਾ ਮੇਰੇ ਪਾ ਦੇ ਹਾਰ ਕੈਨੇਡਾ ਆ ਗਿਆ ਵੈਲਕਮ ਟੂ ਕੈਨੇਡਾ ਹਾਊ ਵਾਸ ਦਾ ਜਰਨੀ ਚਾਚਾ ਅੰਗਰੇਜ਼ੀ ਵਾਲੇ ਤਾਂ ਪਤੰਦਰਾ ਬਾਡੀ ਕੱਢੀ ਤੁਰ ਜਾਣਾ ਪਰ ਮੇਰੇ ਸਮਝ ਕੱਖ ਰਿਹਾ ਕਹੀ ਕੀ ਜਾਣਾ ਆਈ ਮੀਨ ਟੂ ਸੇ ਸਫਰ ਕਿਸ ਤਰ੍ਹਾਂ ਦਾ ਰਿਹਾ ਓ ਸਫਰ ਸਫਰ ਦਿੱਲੀ ਤੱਕ ਤਾਂ ਬਾਹਲੇ ਮਾੜਾ ਰਿਹਾ ਚਾਚਾ ਸੜਕਾਂ ਟੁੱਟੀਆਂ ਨੇ ਨਾ ਯਾ ਯਾ ਉਦੋਂ ਮੁੜ ਕੇ ਬਸ ਪਤਾ ਹੀ ਲੱਗਿਆ ਯਾ ਉਹ ਪਤਾ ਕੀ ਹੋਇਆ ਜਦੋਂ ਆ ਕੇ ਜਹਾਜ਼ 'ਚ ਬੈਠੇ ਦਿੱਲੀ ਮੈਂ ਯਾ ਦਿੱਲੀ ਜਹਾਜ਼ 'ਚ ਬੈਠਣ ਸਾਰੀ ਆਪਾਂ ਬੈਗ 'ਚ ਚੱਕੀ ਬੋਤਲ ਘਰ ਦੀ ਕੱਢੀ ਦੀ ਨਾਲ ਹੀ ਮਾਰੇ ਮੋਟੇ ਮੋਟੇ ਜੇ ਬੈਗ ਇਦੋਂ ਪਹਿਲਾਂ ਜਹਾਜ਼ ਚੜੇ ਦਾਰੂ ਚੜ ਗਈ ਬਸ ਫੇਰ ਕਿਸੀ ਕੁੜਮੋ ਕੇ ਸੌ ਗਏ ਜਦੋਂ ਦਾਰੂ ਉਤਰੀ ਨਾਲ ਹੀ ਜਹਾਜ਼ ਲਾ ਲਿਆ ਕਹਿੰਦੇ ਕੈਨੇਡਾ ਆ ਗਿਆ ਹੈ ਕੈਨੇਡਾ ਆ ਗਿਆ ਹੈ ਕੈਨੇਡਾ ਆ ਗਿਆ ਗੁੱਡ ਗੁੱਡ ਚੰਗਾ ਚੰਗਾ ਅੱਛਾ ਬਲਾਉ ਡਰਾਈਵਰ ਤੇ ਚੱਲੀਏ ਡਰਾਈਵਰ ਨੂੰ ਆਈ ਡੋਨਟ ਲਾਈਕ ਇਹ ਛੋਟੇ ਗੱਡੀ ਨਾ ਮੈਂ ਲਾਈਕ ਨਹੀਂ ਕਰਦਾ ਵੱਡੀ ਗੱਡੀ ਉਹ ਦੇਖੋ ਸਕਾਈ ਟ੍ਰੇਨ ਵੱਡੀ ਗੱਡੀ ਵੱਡੀ ਗੱਡੀ ਹੁਣ ਵੱਡੀਆਂ ਗੱਡੀਆਂ ਪਾ ਲਈਆਂ ਚਾਚਾ ਤੇਰੀਆਂ ਗੱਡੀਆਂ ਵੀ ਚੱਲਦੀਆਂ ਨੇ ਵੱਡੀਆਂ ਗੱਡੀਆਂ ਵੀ ਪਾ ਲਈਆਂ ਚਾਚਾ ਕਮਾਲ ਹੈ ਬਾਹਲੀ ਤਰੱਕੀ ਕੀਤੀ ਹੈ ਚਾਚਾ ਤਾਂ ਚੱਲੀਏ ਭੁੱਖ ਬਹੁਤ ਲੱਗੀ ਹੈ ਛੇਤੀ ਲੈ ਚੱਲ ਹਿਊਮਨ ਫੂਡ ਓਕੇ ਓਕੇ ਚੱਲਦੇ ਆ ਚੱਲਦੇ ਆ ਚੱਲੀਏ ਓਕੇ ਤੇ ਮੈਂ ਆ ਦਲੇਰ ਸਿੰਘ ਦਸਵੀਂ ਚੈਨ ਸੀ ਸੀ ਮੇਰੇ ਕੋਲੇ ਸਾਡੇ ਖਾਨਦਾਨ ਦੇ ਬਹੁਤ ਕਿੱਸੇ ਨੇ ਜੀ ਬਹੁਤ ਕਿੱਸੇ ਨੇ ਸਾਡੇ ਦਾਦਾ ਜੀ ਸਾਡੇ ਦਾਦਾ ਜੀ ਐਡੇ ਵੱਡੇ ਸ਼ਹੀਦ ਹੋਏ ਨੇ ਇੰਨੇ ਵੱਡੇ ਸ਼ਹੀਦ ਹੋਏ ਨੇ ਇੰਨੇ ਵੱਡੇ ਸ਼ਹੀਦ ਹੋਏ ਨੇ ਇੰਨੇ ਜ਼ਿਆਦਾ ਵੱਡੇ ਸ਼ਹੀਦ ਹੋਏ ਨੇ ਇੱਕ ਵੱਡੇ 105 ਸਾਲ ਦੇ ਹੋ ਕੇ ਸ਼ਹੀਦ ਹੋਏ ਨੇ ਓ ਪਹਿਲਾਂ ਤਾਂ ਸ਼ਹੀਦ ਹੋ ਹੀ ਨਹੀਂ ਰਹੇ ਸੀ ਸਾਰੇ ਟੱਬਰ ਨੇ ਕੋਲੇ ਜਾ ਕੇ ਰਿਕੁਐਸਟ ਕੀਤੀ ਵੀ ਦੇਸ਼ ਦੇ ਕੰਮ ਹੀ ਆ ਜਾਓ ਐਡੇ ਵੱਡੇ ਹੋ ਕੇ ਤੁਸੀਂ ਫਿਰ ਕਿਸੇ ਨਾਲ ਦੀ ਨਾਲ ਮੇਰੇ ਦਾਦਾ ਜੀ ਨੇ ਪਰਮ ਕੀਤਾ ਸਵੇਰੇ ਉੱਠਣੇ ਦੂਜੇ ਦਿਨ ਅਰਲੀ ਮਾਰਨਿੰਗ ਡੱਬਾ ਚੱਕਿਆ ਹੱਥ 'ਚ ਜੰਗਲ ਪਾਣੀ ਜਾ ਰਹੇ ਨੇ ਜੰਗਲ ਪਾਣੀ ਗਏ ਇਧਰੋਂ ਇੰਡੀਅਨ ਏਅਰਫੋਰਸ ਦਾ ਜਹਾਜ਼ ਨਿਕਲਿਆ ਕਹਿੰਦਾ ਫਿਰ ਇਧਰੋਂ ਦਾਦਾ ਹੀ ਲੰਘੇ ਓ ਬਸ ਦੁਸ਼ਮਣਾਂ ਦਾ ਜਹਾਜ਼ ਸਮਝ ਕੇ ਦੰਗਲ ਪੈ ਗਈ ਜੀ ਬਸ ਸ਼ਹੀਦ ਹੋ ਗਏ ਇਹ ਹੁੰਦੀਆਂ ਨੇ ਬਹਾਦਰੀਆਂ ਅੰਧੇਰੀ ਰਾਤੋਂ ਮੇ ਸੁਨਸਾਨ ਰਾਹੋਂ ਪਰ ਹਰ ਜੁਰਮ ਮਿਟਾਨੇ ਕੋ ਇੱਕ ਮਸੀਹਾ ਨਿਕਲਤਾ ਹੈ ਜਿਸੇ ਲੋਕ ਦਲੇਰ ਸਿਆ ਕਹਤੇ ਹੈ ਇੰਨਾ ਸੁਨਣਾ ਬਣ
ਭੁਲੇਖਾ ਹੀ ਆ, ਦਲੇਰ ਸਾਹਿਬ ਕੁਛ ਨਹੀਂ ਹੈਗਾ, ਭੁਲੇਖਾ ਹੀ ਆ ਕੁਛ जिन्ना मर्जी मुंह बंद करा ला चाचा, भुख नहीं मिटदी। भुख भुख लगी है चाचा, भुख वो कादे नाल मिटू, भुख ता दस दे। इसी हसन नाल कानू मिटदी है, पंजाह बारी कर लिया होर लगी जांदी है। ओ मैनू एक गल दस, कनेडा च लोग रोटी कितों खांदे है? जिथों पंजाब च खांदे है, है? ਅੰਗਰੇਜ਼ੀ।